ਸਤਿ ਸ਼੍ਰੀ ਅਕਾਲ ਜੀ, ਮੈਂ ਦਵਿੰਦਰ ਸ਼ਰਮਾ, ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਪੰਜਾਬ ਪੁਲਿਸ। ਮੈਂ ਦੱਸਣਾ ਚਾਹੁੰਦਾ ਹਾਂ ਵੀ ਮੇਰਾ ਬਹੁਤ ਜ਼ਿਆਦਾ ਓਵਰਵੇਟ ਸੀ, ਜਿਸ ਕਰਕੇ ਮੇਰੀ ਪਰਸਨੈਲਿਟੀ ਦੇ ਵਿੱਚ ਬਹੁਤ ਜ਼ਿਆਦਾ ਕਮੀ ਨਜ਼ਰ ਆਉਂਦੀ ਸੀ। ਮੈਂ ਆਪਣੀ ਜੋ ਯੂਨੀਫਾਰਮ ਪਾਉਂਦਾ ਸਾਂ ਤਾਂ ਮੈਨੂੰ ਹੀਨ ਭਾਵਨਾ ਮੇਰੇ 'ਚ ਮਹਿਸੂਸ ਹੁੰਦੀ ਸੀ। ਇਸ ਲਈ ਮੈਂ ਆਪਣੇ ਦੋਸਤ ਸਾਹਿਬ ਸਿੰਘ ਪਿੰਡ ਮਾਲਵਾਲ ਤੋਂ, ਜੋ ਉਹਨਾਂ ਨੇ ਪਹਿਲਾਂ ਅਪਰੇਟ ਕਰਾਇਆ ਸੀ ਮੋਟਾਪੇ ਤੋਂ, ਉਹਨਾਂ ਨੂੰ ਮਿਲਿਆ। ਉਹਨਾਂ ਨੇ ਮੈਨੂੰ ਗਾਈਡ ਕੀਤਾ ਅਤੇ ਮੈਂ ਇੱਕ ਦਿਨ ਦੇ ਵਿੱਚ ਹੀ ਆਪਣਾ ਮਨ ਬਣਾ ਲਿਆ ਵੀ ਮੈਂ ਮੋਟਾਪੇ ਤੋਂ ਛੁਟਕਾਰਾ ਪਾਉਣਾ ਹੈ। ਇਸ ਲਈ ਮੈਂ ਡਾਕਟਰ ਅਮਿਤ ਸੂਦ ਦੇ ਨਾਲ ਕਨੈਕਟ ਕੀਤਾ। ਡਾਕਟਰ ਅਮਿਤ ਸੂਦ ਨੂੰ ਮਿਲ ਕੇ ਉਸ ਇੱਕ ਦਿਨ ਦੇ ਵਿੱਚ ਡਿਸੀਜਨ ਲੈ ਲਿਆ ਵੀ ਮੈਂ ਅਗਲੇ ਦਿਨ ਹੀ 21 ਤਰੀਕ ਨੂੰ ਬੁੱਧਵਾਰ ਮੈਂ ਆਪਣਾ ਸਰਜਰੀ ਲਈ ਤਿਆਰ ਹੋ ਕੇ ਘਰ ਤੋਂ ਆ ਗਿਆ ਅਤੇ ਡਾਕਟਰ ਸਾਹਿਬ ਨੇ ਮੇਰੀ ਸਰਜਰੀ ਕੀਤੀ ਜੋ ਕਿ ਸਕਸੈਸਫੁਲ ਰਹੀ। ਇਸ ਲਈ ਸਾਰਾ ਹੀ ਸਟਾਫ ਬਹੁਤ ਹੀ ਕੇਅਰਫੁਲ ਦੇ ਨਾਲ ਪੇਸ਼ੈਂਟ ਨੂੰ ਦੇਖਦਾ ਹੈ, ਬਹੁਤ ਜ਼ਿਆਦਾ ਬਹੁਤ ਹੀ ਵਧੀਆ। ਇਸ ਲਈ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈ ਜਿਸ ਨੇ ਮੈਂ ਬਿਆਨ ਕਰ ਸਕਾਂ ਸਟਾਫ ਦੇ ਲਈ। ਸਟਾਫ ਇੰਨਾ ਜ਼ਿਆਦਾ ਵਧੀਆ ਹੈ ਅਤੇ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਹੀਨ ਭਾਵਨਾ ਜਾਂ ਇਸ ਦੇ ਪ੍ਰਤੀ ਕੋਈ ਵੀ ਲੋੜ ਮਹਿਸੂਸ ਨਹੀਂ ਹੋਣ ਦਿੰਦਾ, ਜੋ ਕਿ ਇਹ ਸਭ ਤੋਂ ਮਨੋਬਲ ਉੱਚਾ ਚੁੱਕ ਕੇ ਰੱਖਦੇ ਆ ਪੇਸ਼ੈਂਟ ਦਾ। ਪੇਸ਼ੈਂਟ ਨੂੰ ਆਪਣੇ ਜਿਉਣ ਦੇ ਲਈ ਇੱਕ ਨਵਾਂ ਸਟਾਫ ਤੋਂ ਇੱਕ ਦਿਸ਼ਾ ਮਿਲਦੀ ਹੈ। ਅਤੇ ਇਸ ਲਈ ਮੈਂ ਬੇਨਤੀ ਕਰਦਾ ਹਾਂ, ਜੋ ਵੀ ਓਵਰਵੇਟ ਹਨ, ਜੋ ਵੀ ਆਪਣੇ ਆਪ ਨੂੰ ਮੋਟਾਪੇ ਦਾ ਸ਼ਿਕਾਰ ਹਨ, ਉਹ ਜਲਦੀ ਤੋਂ ਜਲਦੀ ਡਾਕਟਰ ਅਮਿਤ ਸੂਦ ਦੇ ਨਾਲ ਕਨੈਕਟ ਕਰਕੇ ਅਤੇ ਇਸ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਮੋਗੇ ਡਾਕਟਰ ਮਾਲਤੀ ਥਾਪਰ ਦੇ ਹੋਸਪਿਟਲ ਆ ਕੇ ਉਹਨਾਂ ਨੂੰ ਮਿਲੋ ਅਤੇ ਇਸ ਲਈ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ। ਜਿਸ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਿਤ ਸਾਂ, ਜਿਵੇਂ ਹਾਈ ਮੇਰਾ ਬੀ ਪੀ ਰਹਿੰਦਾ ਸੀ, ਹੋਰ ਮੈਨੂੰ ਜੋੜਾਂ ਦੇ ਵਿੱਚ ਵੀ ਦਰਦ ਮਹਿਸੂਸ ਹੁੰਦਾ ਸੀ, ਗੋਡਿਆਂ ਦੇ ਵਿੱਚ ਵੀ, ਚੱਲਣ ਫਿਰਨ ਦੇ ਵਿੱਚ। ਅਤੇ ਇਸ ਲਈ ਮੇਰੇ ਦੋਵੇਂ ਬਿਮਾਰੀਆਂ ਮੇਰੀਆਂ ਦੂਰ ਹੋ ਗਈਆਂ। ਇਸ ਲਈ ਮੈਂ ਬੇਨਤੀ ਕਰਨਾ ਚਾਹੁੰਦਾ, ਸਾਰੇ ਜੋ ਮੋਟਾਪੇ ਦੇ ਸ਼ਿਕਾਰ ਨੇ ਵਿਅਕਤੀ ਨੇ, ਉਹ ਮੇਰੇ ਭੈਣਾਂ ਅਤੇ ਭਰਾ ਆ ਕੇ ਜਲਦੀ ਤੋਂ ਜਲਦੀ ਡਾਕਟਰ ਅਮਿਤ ਸੂਦ ਨੂੰ ਆ ਕੇ ਮਿਲੋ ਮੋਗੇ। ਇਸ ਲਈ ਆਪਣੀ ਬਿਮਾਰੀਆਂ ਤੋਂ ਛੁਟਕਾਰਾ ਪਾਓ। ਇਸ ਦੇ ਵਿੱਚ ਮੇਰੀ ਬੇਟੀ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ, ਜੋ ਮੇਰੇ ਨਾਲ ਹੈ। ਸੋ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਵੀ ਮੇਰੇ ਪਾਪਾ ਨੂੰ ਬਹੁਤ ਸਾਰੀਆਂ ਪਹਿਲਾਂ ਪ੍ਰੋਬਲਮ ਸੀਗੀਆਂ ਵੇਟ ਤੋਂ, ਫਿਰ ਅਸੀਂ ਇਹ ਡਿਸੀਜਨ ਦਿੱਤਾ ਬਹੁਤ ਜਲਦੀ ਵੇਟ ਲੋਸ ਦਾ। ਅਤੇ ਪਾਪਾ ਦਾ ਵੇਟ ਪਹਿਲਾਂ 110 ਕੇਜੀ ਸੀਗਾ ਅਤੇ ਹੁਣ ਅਸੀਂ 15 ਡੇਜ਼ ਬਾਅਦ ਵਿਜ਼ਿਟ ਕੀਤਾ ਵਾ, ਇਹ ਸਾਡੀ ਫਸਟ ਵਿਜ਼ਿਟ ਆ ਸਰਜਰੀ ਤੋਂ ਬਾਅਦ। ਅਤੇ ਹੁਣ ਪਾਪਾ ਦਾ ਵੇਟ 100 ਕੇਜੀ ਹੈ, ਮਤਲਬ ਕਿ ਪਾਪਾ ਨੇ ਸਿਰਫ 15 ਡੇਜ਼ ਦੇ ਵਿੱਚ ਹੀ ਮਤਲਬ ਕਿ 10 ਕੇਜੀ ਲੂਜ਼ ਕਰ ਲਿਆ ਵਾ। ਸੋ ਅਸੀਂ ਇਹੀ ਕੰਸਲਟ ਕਰਨਾ ਚਾਹਾਂਗੇ ਵੀ ਸਾਰੇ ਜਾਣੇ ਇੱਥੇ ਆਉਣ ਅਤੇ ਤੁਸੀਂ ਜਸਟ ਇੱਕ ਵਾਰੀ ਵਿਜ਼ਿਟ ਹੀ ਕਰੋ। ਇਹਨਾਂ ਦੇ ਟੀਮ ਮੈਂਬਰਸ ਇੰਨੇ ਬੈਸਟ ਨੇ ਦੈਟ ਜਿੰਨਾ ਇਹਨਾਂ ਨੂੰ ਐਪਰੀਸ਼ੀਏਟ ਕਰੀਏ ਉਸ ਵਾਸਤੇ ਘੱਟ ਆ। ਮਤਲਬ ਕਿ ਇਸ ਜਰਨੀ ਵਿੱਚ ਇਕੱਲੀ ਮੈਂ ਹੀ ਨਹੀਂ ਪਾਪਾ ਨੂੰ ਮੋਟੀਵੇਟ ਕਰਦੀ, ਵੀ ਜਦ ਵੀ ਪਾਪਾ ਬਹੁਤ ਡਰ ਰਹੇ ਸੀ ਸਰਜਰੀ ਤੋਂ ਪਹਿਲਾਂ, ਪਰ ਇਹਨਾਂ ਦੇ ਟੀਮ ਮੈਂਬਰਸ ਇੰਨੇ ਕੇਅਰਿੰਗ ਨੇ, ਇੰਨੇ ਲਵਿੰਗ ਨੇ ਵੀ ਉਹ ਪੇਸ਼ੈਂਟ ਦਾ ਮਾਇੰਡ ਸੈੱਟ ਹੀ ਇੰਨਾ ਵਧੀਆ ਬਣਾ ਦਿੰਦੇ ਆ। ਅਤੇ ਇਟ ਇਜ਼ ਵੈਰੀ ਸਕਸੈਸਫੁੱਲ ਸਰਜਰੀ। ਤੁਸੀਂ ਸਾਰੇ ਆਓ, ਇੱਕ ਵਾਰੀ ਕੰਸਲਟ ਕਰੋ। ਥੈਂਕ ਯੂ।